ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਹੈਰੀਸਨ ਹੋਟ ਸਪ੍ਰਿੰਗ ਇਹ ਐਬਰਫੋਰਡ ਤੋਂ 40-45 ਕਿਲੋਮੀਟਰ ਗਾੜੀ ਹੈ ਅਤੇ ਇਹਦਾ ਜਿਹੜਾ ਅਸੀਂ ਜਦੋਂ ਲੈਂਦੇ ਹਾਂ ਅਸੀਂ ਹਾਈਵੇ 1 ਲੈਂਦੇ ਹਾਂ 135 ਐਗਜ਼ਿਟ ਹੁੰਦਾ ਉਹ ਲੈ ਕੇ ਫਿਰ ਲੈਫਟ ਲਵਾਂਗੇ ਉਹ ਸਿੱਧਾ ਹੀ ਹੈਰੀਸਨ ਨੂੰ ਜਾਊਗਾ ਜਾ ਕੇ ਤੁਹਾਨੂੰ ਹੁਣ ਦਿਖਾਉਂਦੇ ਹਾਂ ਰਸਤੇ 'ਚ ਵਿਊ ਵੀ ਆਉਂਦੇ ਆ ਉਹ ਵੀ ਵਿਖਾਵਾਂਗੇ ਤੁਹਾਨੂੰ ਜੋ ਤੁਸੀਂ ਐਗਜ਼ਿਟ ਲਿਆ ਐਗਜ਼ਿਟ ਨੂੰ ਫੋਲੋ ਕਰਦੇ ਆ ਗਏ ਤੁਸੀਂ ਰਾਈਟ ਸਾਈਡ ਨੂੰ ਇੱਕ ਰਾਊਂਡ ਅਬਾਊਟ ਆਊਗਾ ਰਾਊਂਡ ਅਬਾਊਟ ਤੋਂ ਤੁਸੀਂ ਲੈਫਟ ਲੈ ਲੈਣਾ ਉੱਥੇ ਹੀ ਸਾਰੇ ਜਿਹੜੇ ਆ ਖਾਣ ਪੀਣ ਦੇ ਸਟੋਰ ਹੈਗੇ ਆ ਟਿਮ ਮਿਲ ਜੂਗਾ ਤੁਹਾਨੂੰ ਗੈਸ ਸਟੇਸ਼ਨ ਮਿਲ ਜੂਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਔਖਾ ਹੀ ਫਿਰ ਹੈ ਨਹੀਂ ਕੁਛ ਵੀ ਉਸ ਤੋਂ ਬਾਅਦ ਇੱਥੇ ਹੀ ਹੈ ਫਿਰ ਉਹ ਤੇ ਹਾਂ ਫਿਰ ਜਾ ਫਿਰ ਸਿੱਧਾ ਹੈਰਿਸਨ ਹਾਂ ਫਿਰ ਸਿੱਧਾ ਹੈਰਿਸਨ ਹੀ ਲੱਗ ਗਈ ਭੁੱਖ ਸਾਨੂੰ ਹੁਣ ਕਾਫੀ ਪੀਏ ਪਹਿਲਾਂ ਤੇ ਕੁਛ ਖਾਣ ਨੂੰ ਵੀ ਲੈ ਲਈਏ ਚਿਪਸ ਵੀ ਲੈ ਲੈਂਦੇ ਆ ਜੈਕ ਚਿਪਸ ਹਾਂ ਕਾਫੀ ਲਾਉਂਗਾ ਪਹਿਲਾਂ ਥੋੜੇ ਜਿਹੇ ਚਿਪਸ ਵੀ ਲੈ ਲਓ ਬੰਦਾ ਮੂੰਹ ਮਾਰਦਾ ਚਲੇ ਜਾਂਦਾ ਆ ਯਾ ਟਿੰਬਿਟਸ ਗੁਲਗਲੇ ਲੈਣੇ ਗੋਰਿਆਂ ਦੇ ਗੋਰਿਆਂ ਦੇ ਗੁਲਗਲੇ ਹਾਂ ਟਿੰਬਿਟਸ ਯਾ ਆ ਟਿੰਮ ਹੋਟਲ ਦੇ ਨਾਲ ਆ ਬਿਲਕੁਲ ਛੋਟਾ ਜਿਹਾ ਸਟੋਰ ਆ ਆਮਨ ਰਾਈਟਿੰਗ ਚਿਪਸ ਚੱਕਦੀ ਹੈ ਕੁਰਕਰੇ ਵੀ ਹੈਗੇ ਓਹਦਾ ਵੀ ਵਰਾਇਟੀ ਹੈਗੀ ਇੱਥੇ ਸਾਰੀਆਂ ਆਹ ਵੀ ਚੱਕ ਸਕਦਾ ਜੀ ਆਲਮੋਸਟ ਅਸੀਂ ਪਹੁੰਚ ਚੱਲੇ ਆ ਇਹ ਲਿਲੋਇਟ ਰੋਡ ਤੋਂ ਅਸੀਂ ਲੈ ਲੱਗੇ ਆ ਲੈਫਟ ਵੀਰ ਜੀ ਅਸਾਂ ਪਹੁੰਚ ਗਏ ਹੁਣ ਇੱਥੇ ਵੀਰ ਜੀ ਅਸੀਂ ਪਹੁੰਚ ਗਏ ਅੱਛਾ ਤੁਲ ਆ ਇੱਥੇ ਵੀ ਇਹਨਾਂ ਦਾ ਵੀ ਘੰਟਾ ਘਰ ਹੈਗਾ ਇੱਕ ਪਾਰਕਿੰਗ ਲੱਭੀ ਹੈ ਪਹਿਲਾਂ ਤਾਂ ਚਲੋ ਪਾਰਕਿੰਗ ਲੱਭੀ ਆ ਲੋ ਜੀ ਅਸੀਂ ਪਹੁੰਚ ਗਏ ਹਾਂ ਹੈਰਿਸਨ ਇਹ ਹੈਰਿਸਨ ਦੀ ਲੇਕ ਆ ਮੈਂ ਤੁਹਾਨੂੰ ਵਿਖਾਉਣਾ ਵਿਊ ਚੈੱਕ ਕਰੋ ਪਾਣੀ ਨਾ ਉਹ ਲਾਸਟ ਤੱਕ ਉੱਥੋਂ ਤੱਕ ਜਾਂਦਾ ਰਿਹਾ ਹੁਣ ਗਾੜੀ ਗਾੜੀ ਗਰਮੀਆਂ ਆਉਂਦੀਆਂ ਰਹਿਣੀਆਂ ਇਹ ਪਾਣੀ ਉੱਪਰ ਜਾਊਗਾ ਇਹ ਸਾਰਾ ਪਾਣੀ 'ਚ ਡੁੱਬਿਆ ਹੁੰਦਾ ਅੱਜ ਤਾਂ ਥੱਲੇ ਆ ਪਾਣੀ ਬਹੁਤ ਖੂਬਸੂਰਤ ਪਾਣੀ ਜਾਓ ਦੇਖੋ ਕਿੰਨਾ ਠੰਡਾ ਮੈਂ ਜਾਣਾ ਹੁਣੇ ਇਹ ਤਾਂ ਦਰਿਆ ਵਾ ਜਿਹੜੀ ਲੇਕ ਹੈ ਨਾ ਆਹ ਜਿਹੜਾ ਪੱਥਰ ਦਿਸਣ ਦੇ ਨਾ ਇਹਦੇ ਅਗਲੇ ਪਾਸੇ ਆ ਉਧਰ ਜਾਵਾਂਗਾ ਫਿਰ ਵਿਖਾਉਂਗਾ ਉਹ ਲੇਕ ਹੈ ਹਾਂ ਛੋਟੀ ਜੀ ਹੈ ਜਾ ਕੇ ਦੇਖੋ ਤਾਂ ਠੰਡਾ ਯਾਰ ਡਰ ਲੱਗ ਰਿਹਾ ਠੰਡਾ ਤੇ ਹੋਣਾ ਹੀ ਆ ਓਏ ਹੋਏ 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 ਬਹੁਤ ਠੰਡਾ ਇਹਦੇ ਬਰਫ਼ ਤੇ ਪੈਰ ਰੱਖਣ ਵਾਲੀ ਗੱਲ ਆ ਸੱਚੀ ਉਹ ਮੈਂ ਤਾਂ ਨਹੀਂ ਜਾ ਰਹੀ ਓਏ ਹੋਏ 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 ਜਿਹੜਾ ਸਟਾਰਟਿੰਗ ਜਣਾ ਇੱਥੇ ਇਹ ਨਿੱਗਾ ਵਾ ਇਹ ਨਿੱਗਾ ਉਧਰ ਜਾਂਦੇ ਨੂੰ ਠੰਡਾ ਹੈ ਨਾ ਲਾਈਕ ਆਬਵੀਅਸਲੀ ਡੀਪ ਜਾਂਦੇ ਜਾਓਗੇ ਠੰਡਾ ਹੀ ਹੋਏ ਨਾ ਸੈਕਿੰਡ ਹੀ ਸੁਣ ਕਰ ਦਿੰਦਾ ਪਰ ਇਹ ਸੋਹਣਾ ਬਹੁਤ ਲੱਗ ਰਿਹਾ ਨਾ ਜਿਹੜਾ ਪਾਣੀ ਵੀ ਪਈ ਲੈ ਨਾ ਗਰਮੀਆਂ 'ਚ ਉੱਥੋਂ ਤੱਕ ਜਾਂਦਾ ਰਿਹਾ ਲਾਸਟ ਟਾਈਮ ਮੈਂ ਚੱਲਿਆ ਬਾਅਦ ਇੱਥੋਂ ਬੈਕ ਇੰਡੀਆ ਨੂੰ ਨਿਕਲ ਜਾਣਾ ਮੈਂ ਸਿੱਧਾ ਹੀ ਆਪਣੇ ਰਾਵੀ ਇਹ ਬੱਚੇ ਆ ਮੱਡੀ ਪੱਡਲ ਇਹਨਾਂ ਖੇਡਦੇ ਪਏ ਆ ਨਾਲ ਪਤਾ ਨਹੀਂ ਕੀ ਬਣਾਉਂਦੇ ਆ ਆਪਣੇ ਵੱਲੋਂ What are you guys are making? We're trying to make out a pool. Pool? Out of some this thing somebody made. Kehnde pool banaunde hain.
ਸਵੇਰੇ ਸਵੇਰੇ ਨਿਕਲੇ ਹਾਂ ਕਿ ਦੋ ਤਿੰਨ ਜਗ੍ਹਾ ਕਵਰ ਕਰਨੀ ਆ ਵਾ ਕਿਉਂਕਿ ਵੀਕਐਂਡ 'ਤੇ ਟਾਈਮ ਹੁੰਦਾ ਜ਼ਿਆਦਾ ਸਾਡੇ ਕੋਲ ਹਾਂਜੀ ਅਤੇ ਉਹੀ ਆ ਹੁਣ ਕਿ ਕੋਸ਼ਿਸ਼ ਪੂਰੀ ਆ ਦੋ ਜਗ੍ਹਾ ਦਾ ਤਾਂ ਆ ਗਏ ਹਾਂ ਤੀਜੀ 'ਤੇ ਜੇ ਟਾਈਮ ਮਿਲਿਆ ਤਾਂ ਜ਼ਰੂਰ ਜਾਵਾਂਗੇ ਜ਼ਰੂਰ ਘੁੰਮਾਂਗੇ ਅਸੀਂ ਅੱਜ ਕਿ ਸਾਡਾ ਜ਼ਿਆਦਾ ਹੈ ਕਿ ਅਸੀਂ ਲੈਂਗਲੀ ਐਬਸਫੋਰਡ ਵੱਲ ਜ਼ਿਆਦਾ ਘੁੰਮੀਏ ਨਾਲੇ ਦੱਸੀਏ ਕਿਹੜੀ ਕਿਹੜੀ ਪਲੇਸਿਸ ਇੱਥੇ ਹੈਗੀ ਆ ਵਰਥ ਘੁੰਮਣ ਵਾਸਤੇ ਸੋ ਤੁਹਾਨੂੰ ਨਾਲ ਨਾਲ ਦੱਸਦੇ ਹਾਂ ਆ ਇੱਥੇ ਐਕਟੀਵਿਟੀਜ਼ ਨੇ ਉਹ ਵੀ ਕਰਾਉਂਦੇ ਆ ਜਿੱਦਾਂ ਕਿ ਤੁਹਾਨੂੰ ਕਰੂਜ਼ 'ਤੇ ਘੁੰਮਾਉਂਦੇ ਆ ਸਾਰਾ ਸਾਇੰਟਿਫਿਕ ਬੋਟ ਟੂਰਸ ਹਾਂਜੀ ਉਹ ਸਾਹਮਣੇ ਹਾਂ ਉੱਥੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਬੁਕਿੰਗ ਕਰਾ ਕੇ ਨਾ ਉਹ ਸਾਹਮਣੇ ਕਰੂਜ਼ ਉਹਦੇ ਵੀ ਜਾਂਦੇ ਜਿੱਦਾਂ ਪਾਰਟੀ ਪੂਰੀ ਕਰਨੀ ਹੈ ਹੋਇਆ ਬੋਟ ਰੈਂਟਲਸ ਉੱਥੇ ਤੁਹਾਨੂੰ ਬੋਟ ਜਿਹੜੀ ਹੈ ਰੈਂਟ 'ਤੇ ਮਿਲ ਸਕਦੀ ਹੈ ਤੁਸੀਂ ਪਾਰਟੀਜ਼ ਕਰ ਸਕਦੇ ਆ ਜੇ ਕਿਸੇ ਨੇ ਆਪਣੇ ਬਰਥਡੇ ਪਾਰਟੀ ਕਰਨੀ ਆ ਜਾਂ ਲਾਈਕ ਗੈਟ ਟੂਗੈਦਰ ਆ ਫੈਮਿਲੀ ਨਾਲ ਸੋ ਤੁਸੀਂ ਉਹ ਕਰੂਜ਼ ਜਿਹੜਾ ਹੈ ਉਹ ਬੁੱਕ ਕਰ ਸਕਦੇ ਹੋ ਵਿੱਚ ਤੁਸੀਂ ਆਪਣਾ ਜਿਹੜਾ ਫੂਡ ਵੀ ਬੁੱਕ ਕਰਾ ਸਕਦੇ ਹੋ ਸੋ ਹੁਣ ਤਾਂ ਬੰਦ ਆ ਉਹ ਸੋ ਇਹ ਜਲਦੀ ਜਿਹੜੀ ਹੈ ਸਰਵਿਸ ਆਈ ਗੈਸ ਗਰਮੀਆਂ 'ਚ ਖੁੱਲ੍ਹਣ ਵਾਲੀ ਹੈ ਸੋ ਤੁਸੀਂ ਇਹ ਜਿਹੜਾ ਇੱਥੇ ਐਕਟੀਵਿਟੀਜ਼ ਵੀ ਇੰਜੋਏ ਕਰ ਸਕਦੇ ਹੋ ਕਾਫੀ ਕੁਛ ਹੈ ਇੱਥੇ ਹੋਰ ਤੁਹਾਨੂੰ ਨਾਲ ਨਾਲ ਦਿਖਾਉਂਦੇ ਆ ਹੁਣ ਅਸੀਂ ਜਾ ਰਹੇ ਹਾਂ ਹੌਟ ਸਪ੍ਰਿੰਗ ਵੱਲ ਉੱਥੇ ਜਾ ਕੇ ਦੱਸ ਦਿੰਦਾ ਕੀ ਚੀਜ਼ ਹੈ ਕੈਂਟ ਹੋ ਗਈ ਆਹ ਟ੍ਰੇਲ ਆ ਸਿੱਧੇ ਹੌਟ ਸਪ੍ਰਿੰਗ ਨੂੰ ਜਾਂਦੇ ਹਾਂ ਇਹਨਾਂ ਨੇ ਸ਼ਾਵਰ ਲਿਆ ਵਾ ਸ਼ਾਵਰ ਕਰਨਾ ਸਿੱਧੇ ਉਹ ਬਹਿੰਦੇ ਆ ਜਿੱਦਾਂ ਹੌਟ ਟੱਪ ਜਿਹਾ ਹੋ ਗਿਆ ਉਹ ਗਰਮ ਜਿਹਾ ਪਾਣੀ ਹੁੰਦਾ ਉਹਦੇ 'ਚ ਆਹ ਟ੍ਰੇਲ ਜਿਹੀ ਬਣਾਈ ਹੈ ਲੋਕ ਟਰੈਕਿੰਗ ਵੀ ਕਰਦੇ ਨੇ ਉਹ ਗਾੜੀ ਚੱਲਦੇ ਨੇ ਪੂਰਾ ਪੂਰਾ ਹੀ ਇੱਧਰ ਵੀ ਚੜ੍ਹਦੇ ਜੀ ਜੰਗਲ 'ਚ ਆਹ ਟ੍ਰੇਲ ਜਾਂਦੀ ਇੱਥੋਂ ਚੜ੍ਹਦੇ ਆ ਗਏ ਕਿ ਆ ਗਏ ਸਾਹਮਣੇ ਸੋਹਣਾ ਕਰਤਾ ਵਾ ਇਹਨਾਂ ਨੇ ਪਹਿਲਾਂ ਸਿੰਪਲ ਸੀ ਹੁਣ ਵਧੀਆ ਬਣਾਤਾ ਕੁਦਰਤ ਵੱਲੋਂ ਹੀ ਆਉਂਦਾ ਵਾ ਥੱਲੋਂ ਜਿੱਦਾਂ ਗਰਮ ਪਾਣੀ ਆਉਂਦਾ ਵਾ ਆਪਣੇ ਮਣੀਕਰਨ ਸਾਹਿਬ ਵੀ ਹੈਗਾ ਹੋਰ ਇੰਡੀਆ 'ਚ ਵਾਹ ਵਾਹ ਜਗ੍ਹਾ ਨੇ ਜਿੱਥੇ ਹੈਗੀਆਂ ਨੇ ਇਹ ਚੀਜ਼ਾਂ ਇੰਨਾ ਕੁ ਸਲਫਰ ਇਹਦਾ ਬਣਾਇਆ ਵਾ ਸਲਫਰ ਡਾਈਆਕਸਾਈਡ ਕਹਿੰਦੇ ਉਹਨੂੰ ਜਿਹਦੇ ਨਾਲ ਪਾਣੀ ਉਹ ਹੌਟ ਹੋ ਜਾਂਦਾ ਗਰਮ ਹੋ ਜਾਂਦਾ ਇਹ ਜ਼ਮੀਨ 'ਚੋਂ ਨਿਕਲੀ ਵੀ ਜਾਂਦਾ ਨਾਲ ਨਾਲ ਖਤਮ ਨਹੀਂ ਹੁੰਦਾ ਕਦੇ ਮਨੀਕਰਨ ਸਾਹਿਬ ਤਾਂ ਇਹਦੇ ਵਿੱਚ ਜਦੋਂ ਉਹ ਚੌਲ ਵੀ ਬੋਇਲ ਕਰ ਲੈਂਦੇ ਬੜਾ ਦਾਲਾਂ ਵੀ ਬਣਾਉਂਦੇ ਆ ਹਨਾ ਐਸੀ ਚੀਜ਼ ਕੁਝ ਬਣਾ ਸਕਦੇ ਹੋ ਇਹ ਤਾਂ ਗਰਮ ਪਾਣੀ ਆ ਇੱਥੇ ਜਿੱਦਾਂ ਹੁਣ ਆ ਜੀ ਤੇ ਆ ਜਿਹੜਾ ਪਾਣੀ ਬਾਹਰ ਨੂੰ ਜਾਂਦਾ ਵਾ ਉਹ ਫਿਰ ਦੋਨੇ ਮਿਕਸ ਹੁੰਦੇ ਨੇ ਠੰਡਾ ਪਾਣੀ ਤੇ ਇਹ ਪਾਣੀ ਫਿਰ ਉੱਥੇ ਤੁਸੀਂ ਆਪਣੇ ਕੀ ਕਹਿੰਦੇ ਹੋਰ ਜਿੱਦਾਂ ਟੱਬ 'ਚ ਬਹਿੰਦੇ ਬਾਤ ਲੈਂਦੇ ਹੋਰ ਬਾਤ ਹੈ ਉਹ ਉੱਦਾਂ ਬਾਹਰ ਲੈਂਦੇ ਆ ਉਹ ਵੀ ਮੈਂ ਤੁਹਾਨੂੰ ਵਿਖਾਉਂਦਾ ਵਾਂ ਪਰ ਇਹ ਆਏ ਦੀ ਉਦੋਂ ਪਾਲੀ ਸਾਈਡ 'ਤੇ ਆ ਗਏ ਹਾਂ ਲੈ ਵੀ ਸਾਰੇ ਹੁੰਦੇ ਜੀ ਹੁਣ ਘੱਟ ਗਿਆ ਗਾੜੀ ਗਾੜੀ ਦੱਸਿਆ ਕੀ ਹੁੰਦਾ ਜਦੋਂ ਆ ਬਰਫ਼ ਪਿਘਲਦੀ ਹੈ ਉਹਦੇ ਹਿਸਾਬ ਨਾਲ ਪਾਣੀ ਜ਼ਿਆਦਾ ਹੁੰਦਾ ਇੱਥੇ ਨਾ ਇੰਨਾ ਇੰਨਾ ਪੂਰਾ ਭਰ ਜਾਂਦਾ ਏਰੀਆ ਇੱਥੋਂ ਤੱਕ ਉੱਤੋਂ ਅਤੇ ਫਿਰ ਆ ਕੇ ਜੇ ਫਿਰ ਸਾਰੇ ਇੱਥੇ ਬਹਿ ਕੇ ਆਨੰਦ ਦਿੰਦੇ ਆ ਪਾਣੀ 'ਚ ਆਰਾਮ ਨਾਲ ਮਾਰਦੇ ਛਾਲ ਆ ਨਿਕਲਦਾ ਜੀ ਪਾਣੀ ਪੁੰਜੇ ਜਾ ਕੇ ਦੱਸ ਦਿੰਦਾ ਹੱਥ ਨਹੀਂ ਲੱਗਦਾ ਪਾਣੀ ਨੂੰ ਬਹੁਤ ਜ਼ਿਆਦਾ ਹੱਥ ਨਹੀਂ ਲੱਗਣ ਡਿਆ ਹਜੇ ਮੇਰਾ ਹੱਥ ਠਰਿਆ ਪਿਆ ਪੂਰਾ ਜਿਹੜਾ ਆਹ ਪਾਣੀ ਹੈ ਇਹ ਠੰਡਾ ਹੈ ਜਿਹੜਾ ਆਪਣੇ ਰਿਵਰ ਦਾ ਪਾਣੀ ਹੈ ਉਹ ਹੁੰਦਾ ਨਾਲ ਮਿਕਸ ਹੋ ਕੇ ਅਤੇ ਅੱਗੇ ਗਰਮੀਆਂ ਦੇ ਦਿਨਾਂ 'ਚ ਇਹ ਪਾਣੀ ਹੋਰ ਵੱਧ ਜਾਣਾ ਇਹਦਾ ਲੈਵਲ ਇੱਥੋਂ ਤੱਕ ਹੋ ਜਾਣਾ ਫਿਰ ਆ ਕਿ ਤੁਸੀਂ ਇੱਥੇ ਆਰਾਮ ਨਾਲ ਬੈਠ ਸਕਦੇ ਹੋ ਜਦੋਂ ਇਹ ਮਿਕਸ ਹੋ ਜਾਂਦਾ
ਨਿੱਗਾ ਜਿਹਾ ਪਾਣੀ ਹੋ ਜਾਂਦਾ ਇੱਥੇ ਬੜੀ ਸੋਹਣੀ ਭਾਫ ਜੀ ਆਉਂਦੀ ਪਈ ਹੈ ਹਾਂ ਗਰਮ ਗਰਮ ਭਾਫ ਆਉਂਦੀ ਹੈ ਨਿੱਗਾ ਵਾ ਦਾ ਹਨ ਹੁਣ ਉਤੋਂ ਪਿਛੋਂ ਤੁਰ ਕੇ ਆਏ ਆ ਠੰਡ ਲੱਗਣ ਦੀ ਸੀ ਇੱਥੇ ਬੈਠੇ ਆ ਨਿੱਗ ਜ ਆਨੰਦ ਆ ਰਿਹਾ ਪੂਰਾ ਡੇਗਣਾ ਪਵੀ ਇੱਕ ਤਾਂ ਇੱਥੇ ਨਿਕਲਦਾ ਸੀ ਇੱਕ ਆ ਬੈਠੇ ਆ ਜਾਂਦੇ ਨਾ ਇਹਦੇ ਚ ਵੀ ਨਾਲ ਹੀ ਨਿਕਲੀ ਜਾਂਦਾ ਹੋਟਲ ਨਹੀਂ ਹੁੰਦਾ ਜਕੂਜ਼ੀ ਬਣਾਇਆ ਹੋਇਆ ਹਾਂ ਨੈਚੁਰਲ ਨੈਚੁਰਲ ਜਕੂਜ਼ੀ ਕੁਦਰਤੀ ਆ ਬੈਠੇ ਨੇ ਥੱਲੇ ਆਨੰਦ ਮਾ ਰਹੇ ਨੇ ਡੋਬ ਕੇ ਹਾਏ ਜੈਕ ਆਪਣੇ ਐਕੁਆਰੀਅਮ ਵਾਸਤੇ ਵੱਟੇ ਚੂਜ਼ ਕਰਨ ਜਾ ਰਹੇ ਆ ਕਹਿੰਦੇ ਸੋਹਣੀ ਸੋਹਣੀ ਇੱਥੋਂ ਮੈਂ ਸ਼ੇਪ ਵਾਲੇ ਚੁੱਕਣੇ ਆ ਲੱਕੜਾਂ ਵੀ ਦੇਖ ਲਿਓ ਸੋਹਣੀਆਂ ਸੋਹਣੀਆਂ ਜੀਆਂ ਹੌਲੀ ਹੌਲੀ ਬਟ ਇਹ ਪਾਣੀ ਕਿੱਦਾਂ ਜਿਹੜਾ ਆਇਆ ਇਹ ਵੀ ਨਿੱਘਾ ਇਹ ਨਿੱਘਾ ਗਰਮ ਨਿੱਘਾ ਜ਼ਿਆਦਾ ਪਰ ਇੱਕਦਮ ਨਿੱਘਾ ਮਜ਼ੇਦਾਰ ਰਾਈਟ ਜੇ ਬਹਿਣਾ ਹੋਵੇ ਨਾ ਆਰਾਮ ਨਾਲ ਪੈਰ ਡੋਬ ਕੇ ਬੰਦਾ ਬੈਠ ਸਕਦਾ ਡੋਬ ਕੇ ਆਪ ਵੀ ਡੋਬ ਜੋ ਵਿੱਚ ਕੱਪੜੇ ਨਹੀਂ ਹੈਗੇ ਨਹੀਂ ਤੇ ਮਿਲ ਗਈ ਲੱਕੜ ਗੁਲੇਲ ਇਹ ਤੇ ਇਹ ਸੋਹਣੀ ਸ਼ੇਪ ਹੈ ਵੈਸੇ ਨਿਸ਼ਾਨੇ ਮਾਰਨੇ ਨਿਸ਼ਾਨੇ ਹਾਂ ਸੋਹਣੀ ਸ਼ੇਪ ਹੈ ਨੈਚੁਰਲ ਨੈਚੁਰਲ ਸ਼ੇਪ ਇੱਥੇ ਰਾਈਟ ਸਾਈਡ ਤੇ ਸਾਰੇ ਰੈਸਟੋਰੈਂਟਸ ਆ ਖਾਣ ਪੀਣ ਦੇ ਤੁਸੀਂ ਖਾ ਪੀ ਸਕਦੇ ਹੋਟਲ ਵੀ ਹੈਗੇ ਆ ਜਿਨ੍ਹਾਂ ਨੇ ਰਹਿਣਾ ਆ ਰਾਤ ਅਤੇ ਲੈਫਟ ਸਾਈਡ 'ਤੇ ਆ ਇੱਦਾਂ ਲੇਕ ਵੀ ਹੈ ਸਾਰਾ ਕੁਛ ਹੀ ਇੱਥੇ ਬਹੁਤ ਸੋਹਣਾ ਲੱਗ ਰਿਹਾ ਵਿਊ ਆਸੇ ਪਾਸੇ ਸਾਰੇ ਪਹਾੜ ਆ ਵਿੱਚ ਇੱਦਾਂ ਆ ਲੇਕ ਬਣਿਆ ਆਇਆ ਦਰਖਤ ਇਹ ਇਹ ਹੁਣ ਵੀ ਬਹੁਤ ਸੋਹਣਾ ਲੱਗਦਾ ਗਰਮੀਆਂ 'ਚ ਤਾਂ ਚਲੋ ਇੱਥੇ ਫਲਾਵਰਸ ਹੁੰਦੇ ਆ ਤਾਂ ਸੋਹਣਾ ਲੱਗਦਾ ਹੀ ਲੱਗਦਾ ਹੈ ਪਰ ਇਹ ਹੁਣ ਵੀ ਬਹੁਤ ਸੋਹਣਾ ਲੱਗ ਰਿਹਾ ਇੱਧਰ ਰਾਈਟ ਸਾਈਡ ਮੈਂ ਤੁਹਾਨੂੰ ਦੱਸਿਆ ਹੋਟਲ ਹੈ ਹੈਰਿਸਨ ਬੀਚ ਹੋਟਲ ਇੱਥੇ ਹੈਗਾ ਦ ਬਲੈਕ ਫੋਰੈਸਟ ਰੈਸਟੋਰੈਂਟ ਹਾਂ ਦ ਬਲੈਕ ਫੋਰੈਸਟ ਆਪਾਂ ਗਏ ਸੀ ਪਿਛਲੀ ਵਾਰੀ ਰਾਈਟ ਇਹਨਾਂ ਦਾ ਫੂਡ ਬਹੁਤ ਟੇਸਟੀ ਹੈ ਬਹੁਤ ਸਵਾਦ ਹੈ ਹਾਂ ਸਾਰਾ ਕੁਛ ਮਿਲਦਾ ਹਾਂਜੀ ਇਹਨਾਂ ਦਾ ਬੈਸਟ ਹੈ ਬਲੈਕ ਫੋਰੈਸਟ ਰੈਸਟੋਰੈਂਟ ਦਾ ਇਹ ਸਟਾਰਟ ਆ ਇੱਥੋਂ ਸਟਾਰਟਿੰਗ ਹੁੰਦੀ ਹੈ ਹੌਟ ਸਪ੍ਰਿੰਗ ਥੋੜ੍ਹਾ ਅੱਗੇ ਜਾ ਕੇ ਹੈ ਅਤੇ ਇੱਥੋਂ ਇੱਥੇ ਪਲੇਗਰਾਊਂਡ ਵੀ ਹੈਗਾ ਬੱਚਿਆਂ ਦਾ ਸੋ ਬੱਚੇ ਉੱਥੇ ਪਲੇ ਵੀ ਕਰ ਸਕਦੇ ਆ ਸੋ ਘੁੰਮਣ ਵਾਸਤੇ ਲੇਕ ਹੈ ਨਾ ਹਾਂਜੀ ਅੱਛਾ ਓਕੇ ਉਹ ਵੀ ਦਿਖਾ ਦਿੰਦੇ ਹਾਂ ਛੋਟੀ ਲੇਕ ਇਹ ਹੈਗੀ ਆ ਬੱਚਿਆਂ ਦੀ ਪਲੇਗਰਾਊਂਡ ਪਲੇਗਰਾਊਂਡ ਦੇ ਨਾਲ ਹੀ ਇੱਕ ਛੋਟੀ ਜਿਹੀ ਉਹਨਾਂ ਨੇ ਲੇਕ ਵੀ ਬਣਾਈ ਹੋਈ ਹੈ ਇਹ ਲੇਕ ਦੇ ਨਾਲ ਨਾਲ ਟ੍ਰੇਲ ਬਣਿਆ ਹੋਇਆ ਅੱਜ ਸਾਰੇ ਬੜਾ ਇੰਜੋਏ ਕਰ ਰਹੇ ਆ ਅੱਜ ਸਾਰੇ ਪਿਕਨਿਕ ਮਨਾਉਣ ਆਏ ਹੋਏ ਆ ਉੱਧਰ ਲੇਕ ਹੈ ਵਿੱਚ ਫਾਊਂਟੇਨ ਵੀ ਲੱਗਾ ਹੋਇਆ ਸੋ ਉੱਧਰ ਸਾਈਡ ਦਰਿਆ ਜਿਹਾ ਆ ਐਂਡ ਇੱਧਰ ਇਹਨਾਂ ਨੇ ਛੋਟੀ ਲੇਕ ਬਣਾਈ ਹੋਈ ਹੈ ਘੁੰਮਣ ਵਾਸਤੇ ਤੁਸੀਂ ਇਹਦੇ ਆਲੇ ਦੁਆਲੇ ਵੀ ਪਿਕਨਿਕ ਵੀ ਮਨਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਵਿਊ ਨਾਲ ਬੈਠ ਕੇ ਖਾ ਸਕਦੇ ਹੋ ਅਤੇ ਇੱਧਰ ਆ ਗਈ ਪਾਰਕ ਇਹਦੇ ਨਾਲ ਵਾਕ ਵੀ ਕਰਦੇ ਇਹਦੇ ਨਾਲ ਜਿਹੜੀ ਜਾਂਦੀ ਹੈ ਬਾਉਂਡਰੀ ਜੀ ਇਹਦੇ ਨਾਲ ਪੂਰੀ ਉੱਥੋਂ ਘੁੰਮ ਕੇ ਆਉਂਦੀ ਹੈ ਉਹਨਾਂ ਨੂੰ ਤੁਸੀਂ ਵਾਕ ਵੀ ਕਰ ਸਕਦੇ ਹੋ ਉੱਥੇ ਨਾ ਉਹਨਾਂ ਨੇ ਟੇਬਲ ਵੀ ਲਾਏ ਆ ਜੋ ਤੁਸੀਂ ਟੇਬਲ 'ਤੇ ਬਹਿ ਕੇ ਵੇਖਣਾ ਵਾ ਵਿਊ ਦੇਖ ਸਕਦੇ ਹੈ ਨਾ ਬਹੁਤ ਸਵਾਲ ਆਨੰਦ ਹੁੰਦਾ ਬਹਿ ਕੇ ਹਾਂ ਸਹੀ ਗੱਲ ਹੈ ਜੇ ਤੁਹਾਨੂੰ ਕੁਦਰਤ ਨਾਲ ਪਿਆਰ ਹੈ ਨਾ ਜਿਨ੍ਹਾਂ ਨੇ ਤਾਂ ਹੈਰਿਸਨ ਹੌਟ ਸਪ੍ਰਿੰਗ ਦੇਖਿਆ ਹੋਇਆ ਆ ਉਹ ਤਾਂ ਚਲੋ ਬਹੁਤ ਵਧੀਆ ਗੱਲ ਹੈ ਅਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜ਼ਰੂਰ ਆਇਓ ਇੱਥੇ ਐਂਡ ਜਿਹੜੇ ਬਾਕੀ ਦੇਸ਼ਾਂ 'ਚੋਂ ਦੇਖ ਰਹੇ ਆ ਉਹ ਚਲੋ ਸਾਡੇ ਕੈਮਰੇ ਦੀ ਹੀ ਅੱਖ ਤੋਂ ਦੇਖੋ ਬਟ ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਹੈ ਬਹੁਤ ਹੀ ਖੂਬਸੂਰਤ ਬੇਹੱਦ ਇਹ ਸੀ ਅੱਜ ਦੀ ਸਾਡੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਹਾਂਜੀ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਨਵੇਂ ਵਲੌਗ ਦੇ ਨਾਲ ਬਹੁਤ ਹੀ ਜਲਦੀ ਬਾਏ